सलामकुम उद करी मारे दोस्त ठीकु हुजे मेर न मोहम्मद एजाज़ तव्हांजे यूट्यूब चैनल हक नव ख़ान त मां गुज़ारिश करे सघां जहिड़े दोस्त सेट्यूब चैनल ते पहिरीं दफ़ा आैनलो सब्सक्राइब करे ਉਹਦੇ ਇਲਾਵਾ ਵੀਡੀਓ ਕੋ ਲਾਈਕ ਕਰ ਦੇ ਤੂੰ ਤਾਂ ਕਿ ਤੇਰੀ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲੇ ਤਾਰੇ ਕੋ ਪਹ ਜਾਵੇ ਤੇ ਤੂੰ ਸਨ ਸਾਡੀ ਵੀਡੀਓ ਕੋ ਸਭ ਤੋਂ ਪਹਿਲੇ ਦੇਖ ਸੋ। ਮੈਨੇ ਪਿੱਛੇ ਜਿਹੜਾ ਬੈਕਗ੍ਰਾਉਂਡ ਹੈ ਤੂੰ ਸੰਦੇ ਦੇ ਪਾਵੇ ਮੈਂ ਜਿਤਲੇ ਵੀ ਵੀਡੀਓ ਬਣੇ ਨਾ ਉਹ ਸਿੰਪਲ ਕਾਉਂ ਦੇ ਵਿੱਚ ਹੀ ਬਣੇ ਨਈ ਮੀ। ਤੂੰ ਦੇ ਇਲਾਵਾ ਜਰ ਨਾ ਤੂੰ ਸਾਂ ਇਹ ਦੇ ਦੇ ਪਾਵੇ ਇਹ ਬਹੁਤ ਹੀ ਅੱਛਾ ਤੇ ਖੂਬਸੂਰਤ ਹੀ ਥੰਗਰਾ ਇਲਾਕਾ ਹੈ ਤੇ ਮਾਹੌਲ ਹੈ। ਤੇ ਅੱਜ ਮੈਂ ਜਰ ਨਾ ਤੋ ਕੋ ਚਾਲ ਕੇ ਦਿਖੇ ਨਈ ਮੀ ਇੱਕ ਬਹੁਤ ਪੁਰਾਣਾ ਜਰ ਨਾ ਖੂਏ ਜਿਗੂ कुहं आंद जॾहिं न मैं त चलक दिखंदमि उनजी जॻहि ते उहा पंहिंजे विज़िट कराईंदासीं वीडियो को पूरा दिखाए लाज़मी त नैक्स्ट वीडियो बि थो बहुत जल्द मिल वई सी त इहो साम्हूं जहिड़ा न सारा इहे रस्ता आंदा पए उतू वस्ती की न आंदा पए त इलूज़र ਇਹ ਕੋ ਮੇਨ ਰਸਤਾ ਆਦਿ ਇਹ ਇੱਕ ਵਸਤੀ ਤੋਂ ਆਉਂਦੇ ਤੇ ਬਈ ਵਸਤੀ ਦੇ ਵਿੱਚ ਵਹਿੰਦੇ ਜਿਹੜੇ ਲੋਕ ਪੈਦਲ ਵਹਿੰਨ ਇੱਕ ਵਸਤੀ ਤੋਂ ਬਈ ਵਸਤੀ ਦੇ ਵਿੱਚ ਉਹ ਹੀ ਰਸਤੇ ਤੋਂ ਲੰਘਦੇ ਹਨ ਇਹ ਕਾਫੀ ਜ਼ਿਆਦਾ ਰਸਤਾ ਜਿਹੜਾ ਨਾ ਚੱਲਦਾ ਹੈ ਤੇ ਲੋਕੀ ਤੁਗਰਨ ਜ਼ਿਆਦਾ ਜਿਹੜਾ ਨਾ ਆਮ ਦਰਫਤ ਹੈ ਭਈ ਇਹ ਮੋਟਰਸਾਈਕਲ ਸਾਈਕਲ ਤੋਂ ਇਲਾਵਾ ਜਿਹੜਾ ਪੈਦਲ ਜਿਹੜੇ ਲੋਕ ਵਹਿੰਨ ਉਹ ਹੀ ਰਸਤੇ ਤੋਂ ਵਹਿੰਨ ਕਿਉਂਕਿ ਇਹ ਜਿਹੜਾ ਰਸਤਾ ਹੈ ਸ਼ਾਰਟਕਟ ਹੈ ਤੇ ਲੋਕ ਜਲਦੀ ਪਹੁੰਚ ਵਹਿੰਨੇ ਹਨ ਉਹਦੇ ਇਲਾਵਾ ਅਗਰ ਗਾਲ ਕੀਤੀ ਵੰਜੇ ਜੇਰੀ ਇਹ ਜ਼ਮੀਨ ਇਹ ਕੁ ਜਰਨਾ ਇਹ ਗੰਧਮ ਕੋ ਫਾਸਟ ਪਾਣੀ ਜਰਨਾ ਲੱਗਿਆ ਹੈ ਜੇ ਕੋ ਪਹਿਲਾ ਪਾਣੀ ਆਦਨ ਵਟਰੋ ਜਰਾ ਵਟਰੋ ਇਹ ਉਹ ਇਹ ਜ਼ਮੀਨ ਕੋ ਲੱਗ ਚੁਕਾ ਹੈ ਇਹ ਤੁਸੰਦੇ ਦੇ ਪੇਵੇ ਇਹ ਸਾਹਮਣੇ ਇਹ ਪਾਣੀ ਲਗਾ ਪਏ ਤਕਰੀਬਨ ਜੁਮਾ ਰਾਤ ਆਲੇ ਦੀ ਜਰਨਾ ਕੋ ਪਾਣੀ ਲਾਇ ਸੇ ਠੀਕ ਹੈ ਇਹ ਜ਼ਮੀਨ ਜਰਨਾ ਇਹ ਕਾਫੀ ਇਹ ਹੋ ਤਈ ਪਈ ਹੁਣ ਪਾਣੀ ਜਰ ਆਉ ਪੀ ਗਈ ਤੇ ਸੀ ਤੇ ਇਹ ਤੁਸ ਗੰਧਮ ਹੁਣ ਦੇਖ ਸਕਦੇ ਵੇ ਜ਼ਮੀਨ ਪੀਤੀ ਪਈ ਏ ਜੇ ਜ਼ਮੀਨ ਇੰ ਜ਼ਮੀਨ ਦੇ ਵਿੱਚ ਗੰਧਮ ਕਾਸ਼ਤ થઈ ਪਈ ਏ ਤੇ ਉਹ ਹਾਲੀ ਤੀਂ ਨਹੀਂ ਪਈ ਕਈ ਜ਼ਮੀਨਾਂ ਦੇ ਵਿੱਚ ਜਿਹੜੀ ਗੰਧਾ ਮੇ ਉਹ ਹੁਣ ਥੀਂਦੀ ਪਈ ਤੇ ਕਈ ਜ਼ਮੀਨਾਂ ਦੇ ਵਿੱਚ ਜਿਹੜੀ ਗੰਧਾ ਮੇ ਉਹ ਕਾਸ਼ਤ ਜਿਹੜੀ ਪਹਿਲੇ થઈਈ ਉੱਥੀ ਹੈਈ ਤੇ ਕੁਝ ਜ਼ਮੀਨਾਂ ਦੇ ਜਿਹੜਾ ਨਾ ਫਾਸਟ ਪਾਣੀ ਲੱਗ ਚੁੱਕਾ ਏ ਮੈਂ ਜਿਵੇਂ ਤੋਕ ਆਖੀ ਮੇ ਜਿਹੜੀ ਇਹ ਗੰਧਾ ਮੇ ਇਹ ਇੱਕੋ ਪਹਿਲਾ ਪਾਣੀ ਲੱਗ ਚੁੱਕੇ ਤੇ ਜਿਹੜੀ ਇਹ ਤੋਕ ਮੇ ਲਖੇ ਮੀ ਇੰ ਗੰਧਮ ਕੋਈ ਪਹਿਲਾ ਪਾਣੀ ਲੱਗ ਚੁੱਕੇ ਜਦ ਇਹ ਮੈਨੂੰ ਗੰਦਮ ਦਿਖਾਈ ਮੀ ਈਕੂ ਹਾਲ ਤੱਕ ਜਿਹੜਾ ਪਹਿਲਾ ਪਾਣੀ ਕਾਣੀ ਲਗਾ ਤੇ ਇਹ ਹੁਣ ਕਾਸ਼ ਤੈਇਆ ਕਿਉਂਕਿ ਇਹ ਵੀ ਤੋ ਪੰਜੇ ਦੀ ਬਾਦ ਪਾਣੀ ਲੱਗ ਜਿਹੜਾ ਫਸਟ ਪਾਣੀ ਹੁੰਦੇ ਉਹ ਵੀ ਤੋ ਪੰਜੇ ਦੀ ਬਾਦ ਹੀ ਲੱਗਦੇ ਤੇ ਮੈਂ ਤੋ ਕਾਖਾ ਮੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਨਾ ਮੈਂ ਤੋ ਖੂਹਾਂ ਦਿਖੇ ਸਾਂ ਖੂਹ ਹੀ ਕਿਸਾਂ ਜਾਂ ਕੋਈ ਸਰਾਈ ਦੇ ਵਿੱਚ ਖੂਹ ਆ ਦੇਣ ਤੇ ਹੁਣ ਜਿਹੜਾ ਨਾ ਮੈਂ ਉਹਦੇ ਕੋਲ ਬਿਲਕੁਲ ਕਰੀਬ ਆ ਗਏ ਮੈਂ ਤੇ ਮੈਂ ਤੋ ਜਰ ਨੇ ਪਹਿਲੇ ਇੰਡੂ ਦਾ ਜਿਹੜਾ ਮੰਜ਼ਰ ਉਹ ਦਿਖਾਈ ਨੇ ਮੀ ਉਹ ਸਾਹਮਣੇ ਦੇ ਦੇ ਪੈਵੇਂ ਨਾ ਇਹ ਹੁਣ ਮੇਰੀ ਐਂਗਲ ਠੀਕ ਗਈ ਕਰੀਏ ਹੀ ਜਾਦ ਹੁੰਦਾ ਨਾ ਖੂਏ ਤੋ ਕੋ ਅਗਾਂ ਚੱਲ ਕੇ ਮੈਂ ਜਿਹੜਾ ਨਾ ਪੂਰਾ ਜਰਾ ਖੂਏ ਦਿਖੇ ਨਹੀਂ ਮੀ ਤੇ ਕਿਤਲਾ ਗਹਿਰਾ ਹੈ ਇਹ ਵੀ ਤੋ ਕੋ ਅਗਾਂ ਚੱਲ ਕੇ ਦਿਖੇ ਨਹੀਂ ਮੀ ਲਾਈਵ ਇਹ ਤੁਸਾਂ ਦੇ ਦੇ ਪਾਵੇਂ ਮੈਂ ਹੁਣ ਜਿਹੜਾ ਨਾ ਖੂ ਦੇ ਕਿਨਾਰੇ ਦੋਤੇ ਆਇਆ ਕਰੇ ਮੀ ਮੈਂ ਥੋੜਾ ਜਿਹਾ ਕੈਮਰਾ ਉੱਤੇ ਕਰ ਗਿੰਨਾ ਤੇ ਤੋ ਆ ਕੋ ਜਿਹੜਾ ਨਾ ਵਾਜ਼ੇ ਨਜ਼ਾਰਾ ਆ ਵਣੇ ਠੀਕ ਹੈ ਤੇ ਇਹਦੇ ਇਲਾਵਾ ਤੁਸਾਂ ਇਹ ਖੂ ਦੀ ਬੈਕ ਸਾਈਡ ਦਾ ਜਿਹੜਾ ਮੰਜ਼ਰ ਉਹ ਵੀ ਦੇ ਗੀ ਨੋ ਤੇ ਹੁਣ ਮੈਂ ਤਾਂ ਕੋ ਬੈਕ ਕੈਮਰਾ ਨਾਲ ਲਿਖੇ ਨਹੀਂ ਮੀਜ ਰਾ ਇਹ ਖੂਜ ਰਹਿਣਾ ਕਿਤਨਾ ਗਹਿਰਾ ਹੈ ਹੁਣ ਬੈਕ ਕੈਮਰਾ ਜਰਨ ਓਪਨ ਕਰਕੇ ਦੇ ਮੀ ਤੇ ਇਹ ਜਰਨ ਇਹ ਖੂਦ ਕੁਝ ਮੰਜ਼ਰ ਹੈ ਤੇ ਖੂਦ ਬਿਲਕੁਲ ਸਾਥ ਜਰਨ ਇਹ ਇੱਕ ਨਲਕਾ ਵੀ ਹੈ ਪਿਆ ਤੇ ਹੁਣ ਅੱਗਾ ਚਲਦੇ ਸੇ ਮੈਂ ਤਕਰੀਬਨ ਖੜਾ ਇਮਤਿਆ ਇੱਕ ਕਦਮ ਖੂਦ ਕਿਨਾਰੇ ਕਿਨੂ ਪਿੱਛੇ ਅੱਗਾ ਚਲਦੇ ਸੇ ਮੈਂ ਤਾਂ ਕੋ ਚਾਲ ਕੇ ਲਿਖੇ ਨਹੀਂ ਮੀ ਖੂਜ ਰਹਿਣਾ ਕਿਤਲਾ ਗਹਿਰਾ ਹੈ ਇਹ ਦੇਦੇ ਪਵੇ ਇਹ ਖੂ ਹੈ ਇਹ ਤੋਂ ਕੁਝ ਰਹਿਣ ਦਾ ਤਾਲ ਇਹ ਨਜ਼ਰ ਆਂਦਾ ਪਿਆ ਉਸ ਦੀ ਇਹ ਜਿਹੜਾ ਰੱਖੂ ਇਹ ਕਾਫੀ ਜ਼ਿਆਦਾ ਪੁਰਾਣਾ ਹੈ ਤੇ ਪਹਿਲੇ ਜਿਹੜਾ ਨਾ ਕਿਉਂਕਿ ਨਹਿਰ ਦਾ ਮਸਲਾ ਹੁੰਦਾ ਆਈ ਤੇ ਜੇਰ ਵੇਲੇ ਹੁਣ ਵੀ ਨਹਿਰ ਦਾ ਮਸਲਾ ਆਇਆ ਅਗਰ ਨਹਿਰ ਸੋਕ ਵੰਦੀ ਹੈ ਪਾਣੀ ਦੀ ਕਮੀ ਥੀ ਨਹੀਂ ਤੇ ਵਾਲ ਜਰਨ ਇਹ ਜਿਹੜਾ ਰੱਖੂ ਇਹ ਕੋ ਇਸਤੇਮਾਲ ਕਰਦੇ ਹਨ ਤੇ ਇਹਦਾ ਜਿਹੜਾ ਪਾਣੀ ਇਹ ਫਸਲਾਂ ਕੋ ਲੈਂਦੇ ਹਨ ਇਹ ਤੁਸੀਂ ਮੰਜ਼ਰ ਦੇਖੋ ਬੈਕ ਕੈਮਰੇ ਦਾ ਇਹ ਨਲਕਾ ਖੜੇ ਤੇ ਆ ਉਹਦੇ ਇਲਾਵਾ ਉਹ ਨਾ ਉਹ ਸਾਹਮਣੇ ਇਹ ਤੁਸੀਂ ਦੇਦੇ ਪਾਵੇ ਇਹ ਸਾਹਮਣੇ ਦਰਬਾਰ ਹੈ ਤੇ ਇਨਸ਼ਾਅੱਲਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਜਿਹੜੀ ਦਰਬਾਰ ਹੈ ਬਹੁਤ ਜ਼ਿਆਦਾ ਤੇ ਬਹੁਤ ਪੁਰਾਣੀ ਦਰਬਾਰ ਹੈ ਉਹ ਵੀ ਤੁਹਾਨੂੰ ਮੈਂ ਉਹਦੀ ਪੂਰੀ ਜਿਹੜੀ ਵੀਡੀਓ ਉਹ ਵੀ ਮੈਂ ਤੁਹਾਨੂੰ ਦਿਖਾ ਇਸ ਇਨਸ਼ਾਅੱਲਾ ਤੇ ਇਹ ਜਿਹੜਾ ਨਾ ਇਹ ਕੁਝ ਵੀਊ ਹੈ ਸਾਡੇ گاਉਂ ਦਾ ਮਾਹੌਲ ਵਿਜ਼ਿਟ ਕਰੋ ਏ ਵਸਤੀਏ ਸਾਰੇ ਤੇ ਇ ਇਹ ਜਿਹੜੀ ਸਾਈਟ ਹੈ ਇਨਸਾਈਟ ਤੇ ਇੱਕ ਦਰਬਾਰ ਹੈ ਤੇ ਸਾਰਾ ਜੈ ਕੋ ਰੇਗਿਸਤਾਨ ਆਦਿ ਨਾ ਉਹ ਰੇਗਿਸਤਾਨ ਹੈ ਕਿਉਂਕਿ ਇਥਾਂ ਗੇਰਾ ਸਾਰੇ ਐਨਟੀਬੀ ਐਨਟੀਬੀ ਇਨਸਾਈਟ ਤੋਂ ਤੇ ਇਹ ਜਿਹੜੀ ਸਾਈਟ ਇਨਸਾਈਟ ਤੇ ਸਾਰੇ ਜ਼ਮੀਨਾਂ ਹੈ ਇਹ ਦੇਖੋ ਹਾਲੇ ਜਿਹੜਾ ਮੈਂ ਪਿੱਛੂ ਪੌਦਾ ਦੇ ਦੇ ਪਿਆ ਨਾ ਕਾਫੀ ਸਾਰੇ ਜਿਹੜੇ ਲੋਕ ਇਹਨਾਂ ਨੂੰ ਪਤਾ ਕਹ ਨਹੀਂ ਇਹ ਕਿਹੜੀ ਚੀਜ਼ ਦਾ ਪੌਦਾ ਹੈ ਜਿਨ੍ਹਾਂ ਨੂੰ ਪਤਾ ਹੈ ਉਹ ਪਹਿਲੇ ਕਮੈਂਟ ਕਰ ਤੇ ਦੱਸ ਐਸੇ ਤੇ ਮੈਂ ਤੁਹਾਨੂੰ ਦੱਸਣੀ ਐ ਮੀ ਇਹ ਜਿਹੜਾ ਪੌਦਾ ਹੈ ਕਿਹੜੀ ਚੀਜ਼ ਦਾ ਹੈ ਇਹ ਮੈਂ ਤੁਹਾਨੂੰ ਜਰਾ ਥੋੜਾ ਜੇ ਇਹਦੇ ਪੱਤਰ ਜਿਹੜੇ ਨੇ ਉਹ ਵੀ ਪਾਟ ਕੇ ਦਿਖਾ ਦੇਣੀ ਐ ਮੀ ਇਹ ਪੌਦਾ ਠੀਕ ਹੈ ਇਹ ਮਹਿੰਦੀ ਦਾ ਪੌਦਾ ਹੈ ਜਿਹੜੀ ਆਪਾਂ ਸਿਰ ਤੇ ਮਹਿੰਦੀ ਲੈਂਦੇ ਸਨ ਇਹ ਹੁੰ ਚੀਜ਼ ਦਾ ਪੌਦਾ ਹੈ ਇਹ ਕੋ ਜਿਹੜਾ ਨਾ ਪਤੇ ਮੈਂ ਤੁਹਾਨੂੰ ਦੱਸ ਦੇਣੀ ਮੀ ਇਹ ਜਿਹੜਾ ਇਹਦੇ ਜਿਹੜੇ ਪੱਤੇ ਨੇ ਇਹਨਾਂ ਨੂੰ ਪਹਿਲੇ ਇਹਨਾਂ ਇਹਦੇ ਨਾਲ ਅਲੈਦਾ ਕਰ ਤੇ ਪਾਟ ਤੇ ਸੁਕਾਤੇ ਵਾਲੇ ਕੋ ਰਗੜਦੇ ਹਨ ਜਿਵੇਂ ਮੈਦਾ ਥੀ ਵੰਦੇ ਵਾਲ ਉਹ ਬਿਲਕੁਲ اٹੇ ਵਾਲੀ ਕਰ ਇੰਦੇ ਜਰੇ ਪਾਤਰ ਨੋ ਥੀ ਵਨ ਤੇ ਵਾਲ ਜਰੇ ਨਾ ਪੁਸਾਤੇ ਤੇ ਵਾਲ ਸਿਰ ਤੇ ਤੁਸੀਂ ਯੂਜ਼ ਕਰੋ ਇਸਤੇਮਾਲ ਕਰੋ ਤੇ ਇਹ ਜਿਹੜੀ ਮਹਿੰਦੀ ਹੈ ਇਹ ਮਹਿੰਦੀ ਦਾ ਪੌਦਾ ਹੈ ਕਾਫੀ ਸਾਰੇ ਜਰੇ ਦੋਸਤ ਇਹਨਾਂ ਨੂੰ ਪਤਾ ਨਹੀਂ ਕਿ ਮਹਿੰਦੀ ਦਾ ਪੌਦਾ ਕੀ ਹੁੰਦੀ ਇਹ ਤੁਸੀਂ ਦੇ ਗੀਨੋ ਇਹ ਮਹਿੰਦੀ ਦਾ ਪੌਦਾ ਹੈ ਇਹ ਸਾਰਾ ਇਹ ਜਰੇ ਉੱਤੇ ਧਾਗੜੇ ਉਹ ਮਹਿੰਦੀ ਦਾ ਪੌਦਾ ਕਹਿੰਦੇ ਜਰੇ ਇਹ ਖੜੇ ਦਿਆ ਇਹ ਸਾਰਾ ਮਹਿੰਦੀ ਦਾ ਪੌਦਾ ਹੈ ਇਹ ਬੈਕ ਸਾਈਡ ਤੇ ਦੇਦੇ ਪਾਵੇਂ ਨਾ ਇਹ ਸਾਰਾ ਇਹ ਸਾਰਾ ਮੇਰੇ ਬੈਕਸਾਈਡ ਤੇ ਜਿਤਲੇ ਵੀ ਘਾਏ ਨੇ ਇਹਦੇ ਸਾਰਾ ਸਾਖ ਤੇ ਆਖੜੇ ਅਗਰ ਕਹੀਂ ਵੀ ਦੋਸਤ ਕੋ ਜ਼ਰੂਰਤ ਹੋਵੇ ਤੇ ਮੇਰਾ ਇੰਸਟਾਗ੍ਰam ਦੀ ਜਿਹੜੀ ਆਈਡੀ ਹੈ ਉਹਦਾ ਲਿੰਕ ਤੁਹਾਨੂੰ ਮਿਲ ਵੈਸੀ ਤੇ ਯਾ ਜਿਹੜਾ ਉਹਦਾ ਯੂਜ਼ਰ ਨੇਮ ਹੈ ਉਹ ਸਕਰੀਨ ਤੇ ਦਿਖਾਉਂਦੀ ਨਾ ਪਿਆ ਉਸੇ ਤੋਂ ਸਰਚ ਕਰਕੇ ਮੇਰੇ ਨਾਲ ਰਾਬਤਾ ਕਰਕੇ ਨੂੰ ਅਗਰ ਕਹੀਂ ਵੀ ਬਾਈ ਕੋ ਸਾਖ ਦੀ ਜ਼ਰੂਰਤ ਹੋਵੇ ਤਾਂ ਮੈਂ ਕੋ ਲਾਜ਼ਮੀ ਦੱਸ ਦੇਸੀ ਤੇ ਉਮੀਦ ਕਰ ਰਹੇ ਨੇ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਸੀ ਅਗਰ ਵੀਡੀਓ ਪਸੰਦ ਆਈਏ ਤਾਂ ਵੀਡੀਓ ਕੋ ਲਾਈਕ ਕਰਿਓ ਇੰਦੇ ਇਲਾਵਾ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ ਮਜ਼ੀਦ ਇਹ ਸਮੇਂ ਵੀਡੀਓ ਦੇਖਣ ਵਾਸਤੇ ਜਿਹੜਾ ਇੰਦਾ ਬੈਲ ਆਈਕਨ ਹੈ ਉਹ ਕੋ ਵੀ ਪ੍ਰੈਸ ਕਰਕੇ ਜੋਂਦਾ ਇਹ ਫਾਇਦਾ ਤੇ ਸੀ ਅਸਾਂ ਜੇਰੇ ਵੀ ਵੀਡੀਓ ਅਪਲੋਡ ਕਰੇ ਜੋਂਦੀ ਜਿਹੜੀ ਨੋਟੀਫਿਕੇਸ਼ਨ ਹੋਸੀ ਉਹ ਤਾਰੇ ਕੋਲ ਪਹੁੰਚਾ ਸੀ ਇੰਦੇ ਇਲਾਵਾ ਗਰ ਤੋਰਾ ਕੋਈ ਵੀ ਸਵਾਲ ਹੈ ਤੇ ਵੀਡੀਓ ਦੇ ਤਲੇ ਕਮੈਂਟ ਲਾਜ਼ਮੀ ਕਰੇ ਸੋ ਜੇਰੇ ਵੇਲੇ ਸੰ ਕਿਊ ਐਨ ਵੀਡੀਓ ਪੜ੍ਹੇ ਸੋ ਹਮ ਵੇਲੇ ਤੋਾਰੇ ਕੁਐਸਚਨ ਲਾਜ਼ਮੀ ਐਡ ਕਰੂ ਸੋ ਥੈਂਕ ਯੂ ਅੱਲਾਹ